सब बहुत ठंडा लग रहा है। चलो जल्दी खोलो डोर। इधर का नाम है भारतीय कल्चर सोसाइटी ऑफ अल्बर्टा। शिव जी दिया भी लाई हुई है इधर। जी वेलकम बैक टू द चैनल रमन ब्लॉग्स। सो अज हैगी मार्च 8 तो अज हैगी शिवरात्रि। तो असं जा रहे हैं मंदिर, तिने जने जा रहे हैं असी, मेरी मम्मी तो मेरी वाइफ तो मैं, तो तिने जने जावे असी अज मंदिर। टाइम हो गया 11 बज गए हैं, तो असी सवेरे जाना सीगा पहला अर्ली, पर सवेरे सिमरन का काम हुंदा है ता करके फिर असी सोचा चलो हुण चल जाने 11 ही बजे हजे। चलो फिर आप चलते हैं हुण मंदिर। ਮੰਦਰ ਪਹੁੰਚ ਚੁੱਕੇ ਹਾਂ ਅਤੇ ਅੱਜ ਮੰਦਰ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੈ। ਸਾਨੂੰ ਪਾਰਕਿੰਗ ਵੀ ਨਹੀਂ ਮਿਲੀ, ਅਸੀਂ ਐਂ ਹੀ ਲਾਤੀ ਟੇਡੀ। ਹਾਂ ਦੇਖੋ ਸਾਰੀਆਂ ਜਿਹੜੀਆਂ ਗੱਡੀਆਂ ਨੇ ਇਹ ਸਾਰੀ ਫੁੱਲ ਹੈ ਪਾਰਕਿੰਗ। ਦੇਖੋ 12 ਵਜੇ ਨਾਲੇ ਫਰਾਈਡੇ ਦਾ ਦਿਨ ਹੈ ਤਾਂ ਵੀ ਲੋਕ ਕਿੰਨੇ ਜ਼ਿਆਦਾ ਆਏ ਹੋਏ ਨੇ ਅਤੇ ਪਾਰਕਿੰਗ ਲੱਭ ਰਹੇ ਨੇ। ਦੇਖੋ ਪੂਰੀ ਪਾਰਕਿੰਗ ਲੋਟ ਫੁੱਲ ਹੋਈ ਪਈ ਹੈ। ਅਤੇ ਆਹ ਕੀ ਲੈ ਕੇ ਆਏ ਹੋ ਨਾਲ? ਆਹ ਕੀ ਹੈ? ਅਸੀਂ ਕੱਚੀ ਲੱਸੀ ਲੈ ਕੇ ਆਏ ਹਾਂ ਸ਼ਿਵਲਿੰਗ 'ਤੇ ਚੜ੍ਹਾ ਲਈ। ਇਹਦੇ ਵਿੱਚ ਦੁੱਧ ਹੈ? ਦੁੱਧ ਵਿੱਚ ਰਾਈਸ। ਰਾਈਸ ਵੀ ਪਾਏ ਆ? ਦੁੱਧ ਹੈ ਹਾਂ। ਚਲੇ ਰਾਈਸ ਵੀ ਪਾਏ। ਓ ਅੱਛਾ, ਤੁਸੀਂ ਨੀਚੇ ਰਾਈਸ ਵੀ ਪਾਏ ਆ। ਓਕੇ, ਇਹਦੇ ਵਿੱਚ ਹੁਣ ਪਾਣੀ ਪਾਉਂਗੇ? ਪਾਣੀ ਪਾ ਕੇ ਤੇ ਅਸੀਂ ਉੱਥੇ ਅੰਦਰ ਚੜਾਵਾਂਗੇ ਸ਼ਿਵਲਿੰਗ ਨੂੰ ਕੱਲੇ। ਤੇ ਇਹ ਹੈਗਾ ਆਪਣੇ ਐਡਮਿੰਟਨ ਦੇ ਵਿੱਚ ਮੰਦਿਰ ਹੈ ਇਹ ਐਡਮਿੰਟਨ ਦਾ। ਇਹਦਾ ਨਾਮ ਹੈਗਾ ਆ ਭਾਰਤੀ ਕਲਚਰ ਸੋਸਾਇਟੀ। ਤੇ ਚਲੋ ਹੁਣ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਕਿੱਦਾਂ ਦਾ ਹੈਗਾ। ਲੈਟਸ ਗੋ। ਲੱਗ ਰਿਹਾ ਰੇਗਿਸਤਾਨ ਤੋਂ ਤੁਰ ਰਹੇ ਹਾਂ। ਅੱਜ ਤਾਂ ਹਜੇ ਟੈਂਪਰੇਚਰ ਠੀਕ ਹੈ। ਦੇਖੋ ਹੁਣ ਸਨੋਅ ਮੈਲਟ ਹੋਈ ਜਾਂਦੀ ਹੈ, ਪਲੱਸ 'ਚ ਆ ਰਿਹਾ ਟੈਂਪਰੇਚਰ। ਸੋ ਇਹ ਦੇਖੋ ਮੰਦਿਰ ਦੇ ਬਾਹਰ ਸ਼ਿਵਲਿੰਗ ਲਗਾਇਆ ਹੋਇਆ ਇਹਨਾਂ ਨੇ, ਅਤੇ ਆਹ ਨਾਲ ਫੋਟੋ ਵੀ ਹੈਗੀ ਹੈ, ਨਾਲ ਸ਼ਿਵ ਜੀ ਦੀ ਫੋਟੋ ਲਗਾਈ ਹੋਈ ਹੈ। ਅਤੇ ਆਪਾਂ ਜੇ ਪਿਕਚਰ ਪਿਕਚਰ ਖਿਚਾਉਣੀ ਹੁੰਦੀ ਆ ਤਾਂ ਆਪਾਂ ਇੱਥੇ ਖਿਚਾ ਸਕਦੇ ਹਾਂ। ਤੁਸੀਂ ਖਿਚਾਉਣੀ ਹੈ ਪਿਕਚਰ ਇੱਥੇ? ਚਲੋ ਕੋਈ ਗੱਲ ਨਹੀਂ, ਪਹਿਲਾਂ ਆਪਾਂ ਅੰਦਰ ਚੱਲੀਏ। ਪਹਿਲਾਂ ਸ਼ੂਜ਼ ਆਪਾਂ ਉਤਾਰ ਲਈਏ ਨਾ, ਸ਼ੂਜ਼ ਉੱਧਰ ਸਾਈਡ 'ਤੇ। ਸੋ ਸ਼ੂਜ਼ ਵਾਸਤੇ ਸ਼ੂ ਰੈਕ ਬਣਾਏ ਹੋਏ ਨੇ ਇੱਥੇ, ਆਪਾਂ ਇੱਥੇ ਸ਼ੂਜ਼ ਸਾਰੇ ਰਿਮੂਵ ਕਰ ਸਕਦੇ ਹਾਂ। ਵੈਦਰ ਪਲੈਜ਼ੈਂਟ ਹੋਣ ਕਰਕੇ ਵਧੀਆ ਆ, ਕਿਉਂਕਿ ਆਪਾਂ ਨੂੰ ਠੰਡ ਨਹੀਂ ਹੈਗੀ ਬਾਹਰ, ਅਤੇ ਬਾਹਰ ਹੀ ਲਗਾ ਸਕਦੇ ਹਾਂ। ਇਹਨਾਂ ਨੇ ਟੈਂਟ ਲਗਾਇਆ ਹੋਇਆ ਦੇਖੋ, ਅਤੇ ਸਾਰਿਆਂ ਨੇ ਇੱਥੇ ਸ਼ੂਜ਼ ਆਪਣੇ ਉਤਾਰੇ ਹੋਏ ਨੇ, ਆਪਾਂ ਵੀ ਉਤਾਰ ਦਿੰਦੇ ਹਾਂ। ਸੋਕਸ ਸੋਕਸ ਉਤਾਰਨੀ ਪਊਗੀ, ਨਹੀਂ ਤਾਂ ਗਿੱਲੀ ਹੋ ਜੂਗੀ। ਚਲੋ ਤਾਂ ਬਹੁਤ ਠੰਡਾ ਲੱਗ ਰਿਹਾ ਇੱਥੇ। ਚਲੋ ਜਲਦੀ ਖੋਲੋ ਡੋਰ। ਚਲੋ ਆ ਜਾਓ ਆ ਜਾਓ, ਉਹ ਲਾਈਨ ਲੱਗੀ ਹੋਈ ਹੈ ਅੰਦਰ। ਅੱਗੇ ਆਪਾਂ ਇੱਧਰ ਉਤਾਰਦੇ ਹੁੰਦੇ ਹਾਂ ਸ਼ੂ, ਪਰ ਅੱਜ ਪਤਾ ਨਹੀਂ ਕਿਉਂ ਬਾਹਰ ਕਿਹਾ ਉਤਾਰਨ ਵਾਸਤੇ। ਪਹਿਲਾਂ ਆਪਾਂ ਹੈਂਡ ਵਾਸ਼ ਕਰ ਲੈਂਦੇ ਹਾਂ। ਅਤੇ ਆਹ ਦੇਖੋ ਐਂਟਰੈਂਸ ਹੈ ਮੰਦਿਰ ਦੀ, ਅਤੇ ਲਾਈਨ ਅਪ ਲੱਗੀ ਹੋਈ ਹੈ ਅੰਦਰ ਜਾਣ ਵਾਸਤੇ, ਅਤੇ ਪਹਿਲਾਂ ਹੈਂਡ ਵਾਸ਼ ਕਰਦੇ ਹਾਂ। ਸੋ ਸਾਨੂੰ ਆਲਮੋਸਟ 15 ਮਿੰਟ ਤਾਂ ਹੋ ਗਏ ਆ ਇੱਥੇ ਖੜਿਆਂ ਨੂੰ, ਅਤੇ ਹਜੇ ਤੱਕ ਅਸੀਂ ਅੰਦਰ ਨਹੀਂ ਪਹੁੰਚ ਪਾਏ ਹੈਗੇ। ਦੇਖ ਲਓ ਇੰਨਾ ਜ਼ਿਆਦਾ ਰਸ਼ ਹੈ, ਨਾਲੇ ਫਰਾਈਡੇ ਦਾ ਦਿਨ ਹੈ, ਵੀਕਡੇ ਆ, ਕੰਮ ਵਾਲਾ ਦਿਨ ਆ, ਤਾਂ ਵੀ ਦੇਖ ਲਓ ਕਿੰਨੇ ਜ਼ਿਆਦਾ ਇੱਥੇ ਲੋਕ ਆਏ ਹੋਏ ਨੇ। ਪਾਪੂਲੇਸ਼ਨ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਹੁਣ ਐਡਮਿੰਟਨ ਦੇ ਵਿੱਚ ਪਾਪੂਲੇਸ਼ਨ ਕਿੰਨੀ ਜ਼ਿਆਦਾ ਵੱਧ ਗਈ ਹੈ। ਬਹੁਤ ਲੋਕ ਆ ਗਏ ਇੱਥੇ ਵੀ, ਹੈ ਨਾ? ਜਦੋਂ ਅਸੀਂ ਪਹਿਲਾਂ ਇੱਥੇ ਆਉਂਦੇ ਹੁੰਦੇ ਸੀ ਇੱਥੇ ਬਹੁਤ ਘੱਟ ਲੋਕ ਹੁੰਦੇ ਸੀ। ਪਿਛਲੇ ਸਾਲ ਮੈਂ ਆਈ ਉਦੋਂ ਵੀ ਨਹੀਂ ਸੀਗੇ। ਜਾਂ ਕਰਵਾ ਚੌਥ 'ਤੇ ਵੀ ਬਹੁਤ ਰਸ਼ ਸੀਗਾ ਉਦੋਂ ਵੀ। ਭਾਰਤੀ ਕਲਚਰ ਸੋਸਾਇਟੀ ਆਫ ਅਲਬਰਟਾ, ਤੁਸੀਂ ਇਹਨਾਂ ਦਾ ਵੈਬਸਾਈਟ ਵੀ ਹੈਗੀ, ਉਹ 'ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਕਿਹੜੇ ਕਿਹੜੇ ਅੱਗੇ ਅੱਗੇ ਕਿਹੜੇ ਈਵੈਂਟ ਆਉਂਦੇ ਨੇ। ਜਿਨ੍ਹਾਂ ਨੂੰ ਨਹੀਂ ਪਤਾ ਜੇ ਤੁਸੀਂ ਐਡਮਿੰਟਨ 'ਚ ਰਹਿ ਰਹੇ ਹੋ, ਅਤੇ ਤੁਸੀਂ ਇਹਨਾਂ ਦੀ ਵੈਬਸਾਈਟ ਜਾ ਕੇ ਚੈੱਕ ਸਕਦੇ ਹੋ ਵੀ ਅੱਗੇ ਅੱਗੇ ਕਿਹੜੇ ਕਿਹੜੇ ਈਵੈਂਟ ਹੋਰ ਆ ਰਹੇ ਨੇ। ਅਸੀਂ ਹੋਲੀ ਦਾ ਈਵੈਂਟ ਵੀ ਆਊਗਾ ਇੱਕ ਨਾ, ਉਹ ਯਾਰ ਇੱਕ ਆਹ ਦੇਖੋ ਆਹ ਹੋਲੀ ਦਾ ਈਵੈਂਟ ਵੀ ਆ ਰਿਹਾ 23 ਮਾਰਚ ਨੂੰ ਇੱਥੇ, ਹੋਲੀ ਦਾ ਵੀ ਇਹਨਾਂ ਨੇ ਸੈਲੀਬ੍ਰੇਟ ਕਰਨਾ ਹੈ, ਆਪਾਂ ਉਦੋਂ ਵੀ ਆਵਾਂਗੇ।
ਸੋ ਆਪਾਂ ਫਾਈਨਲੀ ਅੰਦਰ ਆ ਗਏ ਹਾਂ ਹੁਣ ਮੰਦਰ ਦੇ ਅਤੇ ਇੱਧਰ ਪ੍ਰਸ਼ਾਦ ਵੀ ਮਿਲਦਾ ਹੈ ਇਹ ਆਪਾਂ ਵਾਪਸੀ 'ਤੇ ਲਵਾਂਗੇ ਕੜਾਹ ਦਾ ਪ੍ਰਸ਼ਾਦ ਹੈ ਅਤੇ ਨਾਲ ਮੈਨੂੰ ਲੱਗਦਾ ਫਰੂਟਸ ਵਗੈਰਾ ਵੀ ਹੈਗੇ ਨੇ ਆਹ ਦੇਖੋ ਅਤੇ ਆਹ ਹੈਗੀ ਆ ਅੰਦਰ ਮੰਦਰ ਦੇ ਆਪਾਂ ਅੰਦਰ ਆ ਗਏ ਹਾਂ ਅਤੇ ਕਰਾਊਡ ਦੇਖ ਲਓ ਅੰਦਰਲੇ ਪਾਸੇ ਹੁੰਦੀ ਅਤੇ ਇੱਧਰ ਵੀ ਸ਼ਿਵਜੀ ਦੀ ਆ ਵੀ ਲਾਈ ਹੋਈ ਹੈ ਇੱਧਰ ਆਦੇ ਅਤੇ ਜੇ ਕਿਸੇ ਤੋਂ ਤੁਰਿਆ ਵਗੈਰਾ ਨਹੀਂ ਜਾਂਦਾ ਹੈਗਾ ਜਿਵੇਂ ਤੁਸੀਂ ਜ਼ਿਆਦਾ ਓਲਡ ਹੈਗੇ ਉਹਨਾਂ ਨੇ ਦੇਖੋ ਸਾਰੇ ਪਿੱਛੇ ਚੇਅਰਸ ਰੱਖੀਆਂ ਹੋਈਆਂ ਨੇ ਆਹ ਰੈੱਡ ਚੇਅਰਸ ਤੁਹਾਨੂੰ ਫਲੋਰ 'ਤੇ ਬਹਿਣ ਦੀ ਲੋੜ ਨਹੀਂ ਹੈਗੀ ਤੁਸੀਂ ਚੇਅਰ 'ਤੇ ਬੈਠ ਸਕਦੇ ਹੋ ਇੱਥੇ ਵਧੀਆ ਅਰੇਂਜਮੈਂਟ ਕੀਤਾ ਹੋਇਆ ਹੈ ਅਤੇ ਇਹਦੇ ਪਿੱਛੇ ਦੀ ਮੰਦਰ ਦੇ ਪਿੱਛੇ ਦੀ ਪਰਿਕਰਮਾ ਕਰੀ ਦੀ ਹੈ ਅਤੇ ਜਲ ਤੁਸੀਂ ਚੜਾਇਆ ਨਹੀਂ ਹੈਗਾ ਉੱਧਰ ਅੱਛਾ ਅਤੇ ਇਹ ਮੰਦਰ ਦੀ ਬੈਕ ਸਾਈਡ ਪਿਛਲੇ ਪਾਸੇ ਦੇਖੋ ਇੱਥੇ ਇਹਨਾਂ ਨੇ ਦੁੱਧ ਲਿਆ ਕੇ ਵੀ ਰੱਖਿਆ ਹੋਇਆ ਟੱਬ ਵੀ ਤੁਹਾਨੂੰ ਇੱਥੇ ਦੇ ਦਿੰਦੇ ਆ ਜੇ ਤੁਸੀਂ ਕੱਚੀ ਲੱਸੀ ਚੜ੍ਹਾਉਣੀ ਹੈ ਅਤੇ ਤੁਹਾਨੂੰ ਮੰਦਰ ਦੇ ਅੰਦਰ ਹੀ ਦੇ ਦਿੰਦੇ ਅਸੀਂ ਪਰ ਘਰੋਂ ਲੈ ਕੇ ਆਏ ਸੀਗੇ ਅਤੇ ਇੱਥੇ ਵੀ ਮਿਲ ਜਾਂਦਾ ਹੈ ਬੇਸਮੈਂਟ ਦੇ ਵਿੱਚ ਇੱਥੇ ਨੀਚੇ ਲੰਗਰ ਵੀ ਹੈਗਾ ਆ ਅਤੇ ਆਪਾਂ ਹੁਣ ਉਹ ਖਾਵਾਂਗੇ ਦੇਖੋ ਰੈੱਡ ਪਲੇਟਸ ਮਿਲੀਆਂ ਨੇ ਆਪਾਂ ਨੂੰ ਇੱਥੋਂ ਦੀ ਆਪਾਂ ਨੂੰ ਪੂਰੀਆਂ ਅਤੇ ਨਾਲ ਛੋਲੇ ਵੀ ਲੱਗਦਾ ਅਤੇ ਨਾਲ ਕੜਾਹ ਦਾ ਪ੍ਰਸ਼ਾਦ ਅਤੇ ਆਹ ਦੇਖੋ ਹੋਲੀ ਦਾ ਫੈਸਟੀਵਲ ਜੇ ਤੁਸੀਂ ਆਉਣਾ ਆ 23 ਮਾਰਚ ਨੂੰ ਤੁਸੀਂ ਇੱਥੇ ਆ ਸਕਦੇ ਹੋ ਅਤੇ ਆਪਾਂ ਹੁਣ ਲੰਗਰ ਲੈਂਦੇ ਹਾਂ ਉੱਥੋਂ ਦੀ ਅਤੇ ਫਿਰ ਬੈਠ ਕੇ ਆਹ ਦੇਖੋ ਆਹ ਪੂਰਾ ਲੰਗਰ ਹਾਲ ਹੈਗਾ ਇੱਥੇ ਆਰਾਮ ਨਾਲ ਬੈਠ ਕੇ ਆਪਾਂ ਖਾ ਸਕਦੇ ਹਾਂ ਆਹ ਦੇਖੋ ਮੰਦਰ ਦੇ ਵਿੱਚ ਆਹ ਚੀਜ਼ਾਂ ਦੀ ਇਹਨਾਂ ਨੂੰ ਲੋੜ ਹੈ ਜੇ ਤੁਸੀਂ ਇੱਥੇ ਡੋਨੇਟ ਕਰਨਾ ਅਤੇ ਆਹ ਚੀਜ਼ਾਂ ਤੁਸੀਂ ਇੱਥੇ ਡੋਨੇਟ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਆ ਗਏ ਹਾਂ ਬੈਠ ਕੇ ਖਾਵਾਂਗੇ ਦੇਖੋ ਆਪਾਂ ਨੂੰ ਮਿਲੇ ਆ ਪੂਰੀ ਛੋਲੇ ਅਤੇ ਨਾਲ ਕੀ ਹੈ ਨਾਲ ਆਹ ਦੇਖੋ ਜਲੇਬੀ ਹੈ ਨਾਲ ਪੂਰੀ ਛੋਲੇ ਹੈ ਨਾਲ ਰਾਈਸ ਹੈ ਅਤੇ ਨਾਲ ਦਹੀਂ ਚਲੋ ਫਿਰ ਆਪਾਂ ਖਾ ਕੇ ਫਿਰ ਆਪਾਂ ਚੱਲਦੇ ਹਾਂ ਉਸ ਤੋਂ ਬਾਅਦ ਬਾਹਰ ਹਾਂਜੀ ਅਤੇ ਆਪਾਂ ਹੁਣ ਆ ਗਏ ਹਾਂ ਮੰਦਰ ਤੋਂ ਬਾਹਰ ਲੰਗਰ ਅਸੀਂ ਖਾਏ ਸੀਗੇ ਅਤੇ ਬਹੁਤ ਵਧੀਆ ਪ੍ਰੋਗਰਾਮ ਸੀਗਾ ਬਹੁਤ ਜ਼ਿਆਦਾ ਰਸ਼ ਵੀ ਸੀਗਾ ਆਪਾਂ ਨੂੰ ਲੱਗਿਆ ਨਹੀਂ ਅੱਗੇ ਉੱਥੇ ਆ ਗੱਡੀ ਆਪਣੀ ਅੱਗੇ ਅਤੇ ਬਹੁਤ ਜ਼ਿਆਦਾ ਪਾਪੂਲੇਸ਼ਨ ਹੋ ਗਈ ਹੈ ਐਡਮਿੰਟਨ ਦੇ ਵਿੱਚ ਬਹੁਤ ਹੁਣ ਰਸ਼ ਹੋਣ ਲੱਗ ਗਿਆ ਪਿਛਲੀ ਦਿਵਾਲੀ 'ਤੇ ਵੀ ਬਹੁਤ ਜ਼ਿਆਦਾ ਲੋਕ ਆਏ ਹੋਏ ਸੀਗੇ
ਤੁਸੀਂ ਪਹਿਲਾਂ ਕਰਵਾ ਚੌਥ ਵਾਲੀ ਵੀਡੀਓ ਮੇਰੀ ਜੇ ਤੁਸੀਂ ਦੇਖੀ ਆ ਉਹ 'ਚ ਵੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਕਰਾਊਡ ਹੋ ਚੁੱਕਿਆ ਹੁਣ ਐਡਮਿੰਟਨ ਦੇ ਵਿੱਚ। ਬਾਕੀ ਅੱਜ ਵੈਦਰ ਵੀ ਵਧੀਆ ਸੀਗਾ ਤਾਂ ਵੀ ਕਰਕੇ ਕਰਾਊਡ ਹੋ ਸਕਦਾ ਆ। ਅਤੇ ਹੁਣ ਆਪਾਂ ਚੱਲੇ ਹਾਂ ਘਰੇ ਅਤੇ ਕਿਉਂਕਿ ਕੰਮ ਹੈ। ਹਾਂਜੀ ਮੇਰਾ ਕਿਉਂਕਿ ਕੰਮ ਹੈਗਾ 3:30 ਵਜੇ ਅਤੇ ਆਪਾਂ ਉਦੋਂ ਪਹਿਲਾਂ ਪਕਾ ਚਲੋ ਦਰਸ਼ਨ ਕਰ ਲਈਏ। ਅਤੇ ਇਹ ਜਿਹੜਾ ਮੰਦਿਰ ਹੈਗਾ ਇਹ ਸਾਰੀ ਰਾਤ ਖੁੱਲ੍ਹਾ ਆ, ਅੱਜ ਪੂਰੇ ਰਾਤ ਪ੍ਰੋਗਰਾਮ ਚੱਲੇ ਆ, ਸਵੇਰ ਤੱਕ 7 ਵਜੇ ਤੱਕ ਹੈਗੇ ਆ ਪ੍ਰੋਗਰਾਮ। ਮੈਨੂੰ ਪਤਾ ਉੱਥੇ ਲਿਖਿਆ ਹੋਇਆ ਸੀਗਾ, ਹਾਂ ਮੈਂ ਪੜ੍ਹਿਆ ਸਵੇਰੇ 7 ਵਜੇ ਤੱਕ ਪ੍ਰੋਗਰਾਮ ਇੱਥੇ ਹੁੰਦਾ ਆ। ਸੋ ਜੇ ਤੁਸੀਂ ਨਵੇਂ ਹੋ ਐਡਮਿੰਟਨ ਦੇ ਵਿੱਚ ਤੁਹਾਡੇ ਲਈ ਇਹ ਇਨਫੋਰਮੇਸ਼ਨ ਹੈ ਕਿ ਜੇ ਤੁਸੀਂ ਇੱਥੇ ਸ਼ਿਵਰਾਤਰੀ 'ਤੇ ਆਉਣਾ ਆ ਜ਼ਰੂਰ ਇੱਥੇ ਗੇੜਾ ਮਾਰੋ, ਬਹੁਤ ਵਧੀਆ ਪ੍ਰੋਗਰਾਮ ਹੁੰਦਾ। ਚਲੋ ਫਿਰ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਇੱਥੇ ਹੀ ਖਤਮ, ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ। ਅਤੇ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਅਤੇ ਤੁਸੀਂ ਮੇਰੀ ਵੀਡੀਓਜ਼ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਪੋਰਟ ਕਰਨ ਵਾਸਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ। ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ, ਸੀ ਯੂ ਇਨ ਦ ਨੈਕਸਟ ਵੀਡੀਓ।